ਹੈ ਵੀ ਇਹ ਹੋ ਹੀ ਨਹੀਂ ਸਕਦਾ ਸਤੂਲ ਜੀ ਦੁਨੀਆ ਤੋਂ ਜਾ ਨਹੀਂ ਸਕਦਾ ਇਦਾਂ ਦੀ ਸੁਰੀਲੀ ਆਵਾਜ਼ ਸੁਰੀਲੀ ਰੂਹ ਦੁਨੀਆ 'ਚ ਪੈਦਾ ਨਹੀਂ ਹੋ ਸਕਦੀ ਕਿਉਂਕਿ ਮੈਂ ਪਹਿਲਾਂ ਹੀ ਦੱਸਿਆ ਵੀ ਇੱਕ ਸਿਕੰਦਰ ਨੇ ਬਾਹੂਬਲ ਔਰ ਜੋਸ਼ ਅਤੇ ਹੋਸ਼ ਅਤੇ ਤਲਵਾਰ ਦੇ ਨਾਲ ਦੁਨੀਆ ਜਿੱਤੀ ਸੀ ਸਰਦੂਲ ਸਿਕੰਦਰ ਨੇ ਸੁਰੀਲੀਆਂ ਸੁਰਾਂ ਔਰ ਗਾਇਕੀ ਦੇ ਨਾਲ ਕੁੱਲ ਦੁਨੀਆ ਫਤਿਹ ਕੀਤੀ ਸੋ ਉਹਨਾਂ ਦੀ ਵਾਈਫ ਸਹਿ ਗਾਇਕਾ ਅਮਰ ਨੂਰੀ ਮੈਂ ਪਹਿਲਾਂ ਵੀ ਦੱਸਿਆ ਕਿ ਜਦੋਂ ਉਹਨਾਂ ਨੂੰ ਲੋੜ ਪਈ ਪਰਿਵਾਰ ਦੇ ਵਿੱਚ ਪਤਾ ਲੱਗਿਆ ਕਿ ਸਰਦੂਲ ਜੀ ਨੂੰ ਕਿਡਨੀ ਦੀ ਲੋੜ ਹੈ ਓਕੇ ਉਸ ਵੇਲੇ ਸਾਰੇ ਚੁੱਪ ਜਿਹੇ ਕਰ ਗਏ ਕੌਣ ਕਿਡਨੀ ਦਊਗਾ ਮੈਂ ਅਤੇ ਜੈਦੇਵ ਸਾਹਿਬ ਅਸੀਂ ਸਰਦੂਲ ਜੀ ਨੂੰ ਮਿਲਣ ਗਏ ਅਤੇ ਨੂਰੀ ਜੀ ਬੈਠੇ ਸੀਗੇ ਉਸ ਵੇਲੇ ਮੈਂ ਕਿਹਾ ਨੂਰੀ ਜੇ ਤੂੰ ਬਹੁਤ ਅੱਛਾ ਕੰਮ ਕੀਤਾ ਮੈਨੂੰ ਕਹਿੰਦੇ ਛਿੰਦਾ ਭਾਅ ਜੀ ਵੀ ਜਿਸ ਬੰਦੇ ਨੇ ਮੈਨੂੰ ਸੰਗੀਤ ਦੀ ਜ਼ਿੰਦਗੀ ਦਿੱਤੀ ਹੈ ਕੀ ਮੈਂ ਉਹਨੂੰ ਕਿਡਨੀ ਨਹੀਂ ਦੇ ਸਕਦੀ ਮੈਂ ਉਹਨੂੰ ਕਿਡਨੀ ਦਿੱਤੀ ਇਹ ਜਿਉਂਦਾ ਰਹੇ ਇਹ ਸਲਾਮਤ ਹੈ ਅਤੇ ਨੂਰੀ ਵੀ ਸਲਾਮਤ ਹੈ ਬੜੀ ਅੱਛੀ ਸੋਚ ਸੀ ਸੋ ਸਪੈਸ਼ਲ ਸਾਡੇ ਪੱਟੀ ਬੜੇ ਬਾਲਾ ਸਾਹਿਬ ਅਤੇ ਇਹ ਰੂਪੀ ਜੀ ਇੰਗਲੈਂਡ ਤੋਂ ਆਏ ਨੇ ਆ ਜਾਓ ਸੋ ਇਹਨਾਂ ਨੇ ਮੈਨੂੰ ਜਦੋਂ ਦੱਸਿਆ ਵੀ ਮੈਂ ਵੀ ਆਈ ਹਾਂ ਮੈਂ ਕਿਹਾ ਤੁਸੀਂ ਕਿਉਂਕਿ ਆਪ ਵੀ ਇਹ ਰੁਪਿੰਦਰ ਰੂਪੀ ਉਰਫ ਰੂਪੀ ਢਿੱਲੋਂ ਇੰਗਲੈਂਡ ਤੋਂ ਸਪੈਸ਼ਲ ਆਏ ਨੇ ਕਿਉਂਕਿ ਅੱਛਾ ਗਾਉਂਦੇ ਨੇ ਭੌਂਰਾ ਸਾਹਿਬ ਦੇ ਫੈਮਿਲੀ 'ਚੋਂ ਨੇ ਸ਼ਾਗਿਰਦਾਂ ਦੇ ਵਿੱਚੋਂ ਨੇ ਸੋ ਪੱਟੀ ਪੁੜੀ ਵਾਲਾ ਸਾਹਿਬ ਇਹਨਾਂ ਨੇ ਵੀ ਕਿਸਾਨੀ 'ਤੇ ਇੱਕ ਗੀਤ ਗਾਇਆ ਧੀ ਪੰਜਾਬ ਦੀ ਬੜਾ ਹਿੱਟ ਗਿਆ ਮੈਨੂੰ ਖੁਸ਼ੀ ਹੈ ਕਿ ਇੱਕ ਸੁਰੀਲੇ ਬੰਦੇ ਦੇ ਫਿਊਨਰਲ 'ਤੇ ਆਏ ਨੇ ਪਲੀਜ਼ ਕਮ ਦੋ ਲਫ਼ਜ਼ ਬਹੁਤ ਵੱਡਾ ਲੋਸ ਆ ਪੂਰੀ ਇੰਡਸਟਰੀ ਨੂੰ ਪੂਰੀ ਫੈਮਿਲੀ ਨੂੰ ਦੇਖੋ ਇੱਕ ਐਜ਼ ਏ ਆਰਟਿਸਟ ਅਸੀਂ ਉਹਨਾਂ ਨੂੰ ਇੱਕ ਯਾਦ ਰੱਖਣਾ ਹੈ ਔਰ ਇੱਕ ਅੱਛਾ ਹਸਬੈਂਡ ਔਰ ਅੱਛਾ ਫਾਦਰ ਵੀ ਸੀ ਉਹਨਾਂ ਨੇ ਹਰ ਇੱਕ ਇਨਸਾਨ ਦੇ ਨਾਲ ਬਹੁਤ ਬਹੁਤ ਹੀ ਅੱਛੀ ਰਿਲੇਸ਼ਨਸ਼ਿਪ ਰੱਖੀ ਆ ਰਿਲੇਸ਼ਨ ਬਣਾਇਆ ਆਮ ਜਨਤਾ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੀ ਵਾਈਫ ਦੇ ਨਾਲ ਜੇ ਮੈਂ ਇਸ ਟਾਈਮ ਸੋਚ ਰਹੀ ਹਾਂ ਤਾਂ ਮੈਨੂੰ ਅਪਸੈਟ ਮੇਰੇ ਕੋਲ ਮੈਂ ਕੁਛ ਕਹਿ ਨਹੀਂ ਸਕਦੀ ਜਿਹੜੀ ਉਹਦੀ ਫੈਮਿਲੀ ਪਿੱਛੇ ਸਫ਼ਰ ਕਰੇਗੀ ਨਾ ਜਿਹੜਾ ਜਾਣ ਵਾਲਾ ਚਲਾ ਜਾਂਦਾ ਪਰ ਜਿੱਥੇ ਪਿੱਛੇ ਫੈਮਿਲੀ ਹੁੰਦੀ ਨਾ ਉਹ ਸਫ਼ਰ ਕਰਦੀ ਆ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਹੋਈ ਆ ਬਹੁਤ ਹੀ ਉਹਨਾਂ ਨੂੰ ਉਹਨਾਂ ਵਾਸਤੇ ਇਹ ਜਿਹੜਾ ਦੁੱਖਿਆ ਉਹਨਾਂ ਨੂੰ ਹਾਂਜੀ ਉਹਦੇ ਵਾਸਤੇ ਤਾਂ ਕਿ ਬਹੁਤ ਅੱਛਾ ਜਜ਼ਬਾਤ ਬੋਲ ਨਹੀਂ ਸਕੇ ਰੋਣਾ ਆ ਗਿਆ